हाँ जी, सत श्री अकाल जी, सारयां नूं स्वागत है जी सोडा ढिल्लों पंजाबी चैनल दे विच। अज आपां बनाउण लगे हां जी गजरेला, तुहाडे नाल शेयर करदे हां जी। आपां गजरेला बनाउण लगे सी, इह आपां गाजरां लईआं जी। आपां इह 1.5 किलो गाजरां सी अपने कोल, ते इह आपां लई आ जी खंड 1 कौली, ते 1.25 कौली लई आ जी आपां सुके दुध दी। ਇਹ ਆਪਾਂ ਲਿਆ ਜੀ ਡਰਾਈ ਫਰੂਟ ਵਿੱਚ ਪਾਉਣ ਵਾਸਤੇ, ਦਾਖਾਂ, ਬਦਾਮ ਅਤੇ ਮਗਜ਼ ਅਤੇ ਛੋਟੀ ਇਲਾਇਚੀ। ਅਤੇ ਲਓ ਜੀ ਆਪਾਂ ਪੈਨ ਰੱਖ ਲਿਆ ਉੱਪਰ, ਅਤੇ ਗੈਸ ਚਲਾਉਣੇ ਆ ਹੁਣ। ਗਾਜਰਾਂ ਪਾ ਲਾਂਗੇ ਜੀ ਪਹਿਲਾਂ ਆਪਾਂ। ਇਹ ਆਪਣੇ ਕੋਲ 1.5 ਕਿਲੋ ਗਾਜਰਾਂ ਸੀਗੀਆਂ ਜੀ, ਧੋ ਕੇ ਆਪਾਂ ਕੱਦੂਕਸ ਕਰ ਲਈਆਂ ਸੀ ਇਹ, ਅਤੇ ਇਹਨਾਂ ਨੂੰ ਆਪਾਂ ਥੋੜ੍ਹਾ ਥੋੜ੍ਹਾ ਇਸ ਤਰ੍ਹਾਂ ਹਿਲਾਈ ਚੱਲਾਂਗੇ, ਅਤੇ ਇੱਕਦਮ ਤਾਂ ਇਹ ਕਰੜੀਆਂ ਜਿਹੀਆਂ ਲੱਗਦੀਆਂ, ਹੌਲੀ ਹੌਲੀ ਫਿਰ ਇਹ ਭਾਫ ਦੇ ਨਾਲ ਅਤੇ ਥੋੜ੍ਹੀਆਂ ਜਿਹੀਆਂ ਨਾਲ ਦੇ ਆਪਣੇ ਹਿਲਾਉਂਦੇ ਹਿਲਾਉਂਦੇ ਤਾਂ ਪੋਲੀਆਂ ਹੋ ਜਾਣਗੀਆਂ। ਪਹਿਲਾਂ ਕੁਛ ਨਹੀਂ ਪਾਉਣਾ, ਇਕੱਲੀਆਂ ਗਾਜਰਾਂ ਹੀ ਪਾ ਲੈਣੀਆਂ ਨੇ ਪੈਨ ਦੇ ਵਿੱਚ। ਭਾਂਡਾ ਤੁਸੀਂ ਜਿਹੜਾ ਮਰਜ਼ੀ ਲੈ ਲਓ, ਥੋੜ੍ਹਾ ਜਿਹਾ ਭਾਰ ਜੇ ਤਲੇ ਵਾਲਾ ਹੋਵੇ ਤਾਂ ਥੋੜ੍ਹਾ ਜਿਹਾ ਠੀਕ ਰਹਿੰਦਾ। ਕੜਾਹੀ ਵੀ ਲੈ ਸਕਦੇ ਹਾਂ, ਕੁਛ ਮਰਜ਼ੀ ਲੈ ਲਓ ਹਿਲਾਉਣ ਵਾਸਤੇ ਬਣਾਉਣ ਨੂੰ ਇਹਨੂੰ। ਅਤੇ ਇਸ ਤਰ੍ਹਾਂ ਆਪਾਂ ਹਿਲਾਈ ਜਾਂਦੇ ਹਾਂ ਥੋੜ੍ਹਾ ਥੋੜ੍ਹਾ ਇਹਨੂੰ ਨਾਲ ਦੀ ਨਾਲ। ਜਿਵੇਂ ਜਿਵੇਂ ਇਹਨੂੰ ਸੇਕ ਲੱਗਦਾ ਅਤੇ ਇਹਨੇ ਥੋੜ੍ਹਾ ਥੋੜ੍ਹਾ ਭਾਫ ਦੇ ਨਾਲ ਪੋਲੀਆਂ ਹੋਣ ਲੱਗ ਜਾਂਦੀਆਂ ਗਾਜਰਾਂ, ਅਤੇ ਹਿਲਣੀਆਂ ਸੌਖੀਆਂ ਜਿਹੀਆਂ ਹੋ ਜਾਂਦੀਆਂ, ਕਿਉਂਕਿ ਪਹਿਲਾਂ ਆਪਾਂ ਕੱਦੂਕਸ ਕੀਤੀਆਂ ਕਰਕੇ ਥੋੜ੍ਹੀਆਂ ਜਿਹੀਆਂ ਇਕੱਠੀਆਂ ਜਿਹੀਆਂ ਹੋਈਆਂ ਵੀਆਂ ਹੁੰਦੀਆਂ। ਅਤੇ ਹੁਣ ਉੱਪਰ ਕਵਰ ਕਰ ਦਿੰਦੇ ਹਾਂ ਜੀ ਥੋੜ੍ਹਾ ਚਿਰ ਵਾਸਤੇ, ਇਹਨਾਂ ਨੂੰ ਢੱਕ ਦਿਆਂਗੇ ਉੱਪਰੋਂ ਆਪਾਂ ਭਾਫ ਦੇ ਨਾਲ, ਥੋੜ੍ਹਾ ਜਿਹਾ ਬਣਾਉਣੇ ਆ ਕੇਰਾਂ ਤਾਂ। ਬਹੁਤ ਹੀ ਸਵਾਦ ਬਣਦਾ ਜੀ ਇਹ, ਜਿਹੜਾ ਆਪਾਂ ਦੁੱਧ ਦੇ ਵਿੱਚ ਵੀ ਬਣਾ ਲੈਂਦੇ ਹਾਂ, ਪਰ ਇੱਥੇ ਦੁੱਧ ਦੇ ਵਿੱਚ ਜ਼ਿਆਦਾ ਖੋਆ ਨਹੀਂ ਨਾ ਹੁੰਦਾ, ਤਾਂ ਕਰਕੇ ਉਨਾ ਵਧੀਆ ਟੇਸਟੀ ਨਹੀਂ ਦੁੱਧ ਦੇ ਵਿੱਚ ਰਹਿੰਦੇ ਤਾਂ ਬਣਦਾ। ਅਤੇ ਜਿਹੜਾ ਇਸ ਤਰ੍ਹਾਂ ਬਣਾਵਾਂਗੇ ਬਹੁਤ ਹੀ ਟੇਸਟੀ ਬਣਦਾ, ਬਹੁਤ ਸਵਾਦ ਲੱਗਦਾ ਇਹ। ਅਤੇ ਆਪਾਂ ਹੁਣ ਢੱਕਣ ਲਾ ਕੇ ਕੀਰਾਂ, ਅਤੇ ਇਹਨੂੰ ਦੁਬਾਰਾ ਫਿਰ ਹਿਲਾ ਲਿਆ ਹੁਣ। ਤਲੇ ਤਾਂ ਲੱਗਦਾ ਨਹੀਂ, ਕਿਉਂਕਿ ਆਪਣੇ ਕੋਲ ਪੈਨ ਵੀ ਠੀਕ ਪੈਨ ਆਪਣੇ ਕੋਲ ਭਾਰੇ ਤਲੇ ਵਾਲਾ, ਅਤੇ ਬਾਕੀ ਹਾਲੇ ਇਹਦੇ ਵਿੱਚ ਪਾਣੀ ਆ ਗਾਜਰਾਂ ਦੇ ਵਿੱਚ, ਤਾਂ ਕਰਕੇ ਹਾਲੇ ਥੱਲੇ ਨਹੀਂ ਲੱਗਦੀਆਂ ਇਹ, ਥੱਲੇ ਤਾਂ ਉਦੋਂ ਲੱਗਣਗੀਆਂ ਜਦੋਂ ਇਹ ਸੁੱਕ ਜਾਣਗੀਆਂ, ਫਿਰ ਮਤਲਬ ਦੁੱਧ ਦੁੱਧ ਪਾ ਦਾ ਵਿੱਚ, ਫਿਰ ਥੱਲੇ ਲੱਗਦਾ ਹੁੰਦਾ, ਉਨਾ ਚਿਰ ਥੱਲੇ ਨਹੀਂ ਇਹ ਲੱਗਦੀਆਂ। ਅਤੇ ਦੁਬਾਰਾ ਫਿਰ ਆਪਾਂ ਜੀ ਇਹਨੂੰ ਕਵਰ ਕਰਤਾ ਇੱਕ ਵਾਰੀ। ਇਹ ਸਾਰੀਆਂ 10-12 ਮਿੰਟਾਂ ਦੇ ਵਿੱਚ ਬਣ ਗਿਆ ਜੀ ਗਜਰੇਲਾ ਆਪਣਾ, 10-12 ਮਿੰਟ ਹੀ ਲੱਗਣਗੇ ਸਾਰੇ ਇਹਨੂੰ। ਕਿਉਂਕਿ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਪਕਾਉਣਾ ਵੀ ਹੁੰਦਾ ਗਾਜਰਾਂ ਨੂੰ, ਤਾਂ ਕਰਕੇ ਫਿਰ ਆਪਾਂ ਨੂੰ ਭਾਫ ਦੇਣੀ ਪੈਂਦੀ ਆ ਨਾਲ ਦੀ ਨਾਲ। ਆਪਾਂ ਚੈੱਕ ਕਰੀ ਜਾਂਦੇ ਹਾਂ ਅਤੇ ਹਿਲਾਈ ਜਾਂਦੇ ਹਾਂ ਇਹਨੂੰ ਥੋੜ੍ਹਾ ਥੋੜ੍ਹਾ, ਜਦੋਂ ਵੀ ਮਤਲਬ ਇੱਥੇ ਹੁਣ ਅਸੀਂ ਤਾਂ ਚੱਲ ਬਾਹਰ ਰਹਿੰਦੇ ਹਾਂ, ਬਾਹਰ ਇੱਥੇ ਕੈਨੇਡਾ 'ਚ ਕਰਕੇ ਆਪਾਂ ਨੂੰ ਗਾਜਰਾਂ ਹਰ ਟਾਈਮ ਮਿਲੀ ਜਾਂਦੀਆਂ, ਜਦੋਂ ਵੀ ਮਰਜ਼ੀ ਆਪਾਂ ਥੋੜ੍ਹਾ ਜਿਹਾ ਲਿਆਂਦੀਆਂ ਅਤੇ ਬਣਾ ਲਿਆ। ਅਤੇ ਚਲੋ ਇੰਡੀਆ ਦੇ ਵਿੱਚ ਥੋੜ੍ਹਾ ਜਿਹਾ ਆਪਾਂ ਨੂੰ ਐਂ ਹੁੰਦਾ ਵੀ ਬੇਮੌਸਮਾਂ ਜਾਂ ਘੱਟ ਮਿਲਦੀਆਂ ਗਾਜਰਾਂ, ਉਦੋਂ ਇੱਥੇ ਤਾਂ ਆਪਾਂ ਜਦੋਂ ਵੀ ਗਾਜਰਾਂ ਲਿਆਂਦੀਆਂ ਜਦੋਂ ਜੀ ਕਰੇ ਉਹਦੀ ਬਣਾ ਲਵੇ ਲਿਆ ਕੇ, ਉਹਦੇ ਬਾਹਲਾ ਟਾਈਮ ਨਹੀਂ ਲੱਗਦਾ, ਸੌਖਾ ਜਿਹਾ ਪ੍ਰੋਸੈਸ ਆ ਜੀ ਇਹਦਾ, ਬਾਹਲੀ ਨਹੀਂ ਮਿਹਨਤ ਕਰਨੀ ਪੈਂਦੀ। ਜਦੋਂ ਆਪਾਂ ਚਾਹ ਨਾ ਖਾਂਦੇ ਸਵੇਰੇ, ਆਪਾਂ ਨੂੰ ਕੋਈ ਨਾ ਕੋਈ ਚੀਜ਼ ਚਾਹ ਨਾ ਵੀ, ਅਤੇ ਮਿੱਠਾ ਜਦੋਂ ਆਪਾਂ ਰੋਟੀ ਰੋਟੀ ਖਾ ਲੈਂਦੇ ਫਿਰ ਵੀ ਜੀ ਕਰਦਾ ਖਾਣ ਵਾਸਤੇ। ਬਾਕੀ ਬਾਹਰ ਅੰਦਰ ਕੰਮ ਧੰਦੇ 'ਤੇ ਜਾਂਦੇ ਹਾਂ ਜਦੋਂ, ਉਦੋਂ ਵੀ ਨਾਲ ਡੱਬੀ 'ਚ ਪਾ ਕੇ ਲੈ ਕੇ ਜਾ ਸਕਦੇ ਹਾਂ ਆਪਾਂ, ਬਾਹਰ ਖਾਧੀ ਜਾਂਦੀ ਹੈ ਚੀਜ਼ ਨਾਲ ਚਾਹ ਦੇ। ਅਤੇ ਹੁਣ ਆਪਾਂ ਖੰਡ ਪਾ ਦਿੰਦੇ ਹਾਂ ਜੀ ਪਹਿਲਾਂ ਵਿੱਚ ਇਹਦੇ, ਖੰਡ ਪਾਣੀ ਛੱਡ ਦੂਗੀ, ਅਤੇ ਜਿਹੜਾ ਖੰਡ ਵਾਲਾ ਪਾਣੀ ਹੋਊਗਾ ਅਤੇ ਉਹਦੇ ਵਿੱਚ ਹੀ ਨਾਲ ਦੀ ਨਾਲ ਹੀ ਇਹ ਜਿਵੇਂ ਜਿਵੇਂ ਪਾਣੀ ਛੱਡੂਗੀ ਅਤੇ ਨਾਲ ਹੀ ਗਾਜਰਾਂ ਪੱਕੀ ਜਾਣਗੀਆਂ। ਅਤੇ ਜੇ ਆਪਾਂ ਬਾਅਦ ਵਿੱਚ ਪਾਵਾਂਗੇ ਖੰਡ, ਅਤੇ ਫਿਰ ਇਹ
ਗਾਜਰਾਂ ਜ਼ਿਆਦਾ ਗਲ ਜਾਣਗੀਆਂ ਆਪਣੀਆਂ, ਕਿਉਂਕਿ ਪਹਿਲਾਂ ਹੀ ਗਾਜਰਾਂ ਪਕਾ ਲਾਂਗੇ ਅਤੇ ਫਿਰ ਖੰਡ ਨੇ ਪਾਣੀ ਛੱਡ ਦੇਣਾ, ਅਤੇ ਫਿਰ ਵੀ ਆਪਾਂ ਨੂੰ ਪਾਣੀ ਸੁਕਾਉਣਾ ਪੈਣਾ। ਖੰਡ ਆਪਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ, ਮਿਕਸ ਕਰਕੇ ਇਹਨੂੰ ਦੁਬਾਰਾ ਕਵਰ ਕਰ ਦਾਂਗੇ ਇੱਕ ਵਾਰ। ਦੁਬਾਰਾ ਢੱਕ ਦਿੰਦੇ ਜੀ, ਹੁਣ ਆਪਾਂ ਇਹਨੂੰ 1-2 ਮਿੰਟ ਪਕਾ ਲਾਂਗੇ। ਅਤੇ ਇਲਾਇਚੀ ਵੀ ਪਾਉਣੀ ਹੈ, ਅਤੇ ਮੈਂ ਥੋੜ੍ਹਾ ਜਿਹਾ ਲੇਟ ਹੋ ਗਈ ਇਲਾਇਚੀ ਪਾਉਣ 'ਚ, ਤਾਂ ਪਹਿਲਾਂ ਹੀ ਇਲਾਇਚੀ ਵੀ ਨਾਲ ਹੀ ਉਹਦੀ ਪਹਿਲਾਂ ਹੀ ਭਾਵੇਂ ਇਲਾਇਚੀ ਕੁੱਟ ਕੇ ਸੁੱਟ ਦਿਓ, ਭਾਵੇਂ ਤੁਸੀਂ ਜੇ ਕੁੱਟ ਕੇ ਪਾਉਣਾ ਪਾਊਡਰ ਬਣਾ ਕੇ ਇਲਾਇਚੀ ਦਾ ਪਾਉਣਾ, ਤਾਂ ਮੈਂ ਤਾਂ 20 ਸੁੱਟੂੰਗੀ ਉਸ ਤਰ੍ਹਾਂ ਹੀ ਇਲਾਇਚੀ ਦੇ ਵਿੱਚੋਂ ਕੱਢ ਕੇ ਸੁੱਟ ਦੇਣੀ ਵਿੱਚ। ਲਓ ਜੀ ਆਪਾਂ ਦੁਬਾਰਾ ਫਿਰ ਚੈੱਕ ਕਰ ਲੈਂਦੇ, ਹਿਲਾ ਲੈਂਦੇ ਹਾਂ ਇਹਨੂੰ ਘੇਰਾ। ਜ਼ਰੂਰ ਹੀ ਟਰਾਈ ਕਰਿਓ ਜੀ, ਬਹੁਤ ਹੀ ਟੇਸਟੀ ਬਣਦਾ, ਬਹੁਤ ਸਵਾਦ ਲੱਗਦਾ ਹੈ ਘਰੇ ਖਾਣ ਵਾਸਤੇ। ਇਲਾਇਚੀ ਪਾਤੀ ਜੀ, ਮੈਂ ਕੱਢ ਕੇ ਦਾਣੇ ਪਾਏ ਆ, ਮੈਂ ਕੁੱਟ ਕੇ ਨਹੀਂ ਪਾਏ। 3-4 ਇਲਾਇਚੀਆਂ ਪਾਤੀਆਂ ਵਿੱਚ, ਉਹਦਾ ਟੇਸਟ ਬਹੁਤ ਸਵਾਦ ਬਣ ਜਾਂਦਾ ਇਲਾਇਚੀ ਦੇ ਨਾਲ। ਖੰਡ ਪਾ ਕੇ ਉਦੋਂ ਥੋੜ੍ਹਾ ਜਿਹਾ ਪਿੱਛੋਂ ਆਇਆ ਹੁੰਦਾ, ਜਦੋਂ ਖੰਡ ਦਾ ਪਾਣੀ ਸੁੱਕ ਜਾਂਦਾ ਫਿਰ ਉਦੋਂ ਥੱਲੇ ਲੱਗਣ ਦਾ ਥੋੜ੍ਹਾ ਜਿਹਾ ਹੁੰਦਾ, ਉਦੋਂ ਧਿਆਨ ਰੱਖਣਾ ਪੈਂਦਾ, ਅਤੇ ਨਹੀਂ ਤਾਂ ਵੈਸੇ ਤਾਂ ਇਹ ਲੱਗਦਾ ਹੀ ਨਹੀਂ ਹੁੰਦਾ ਥੱਲੇ। ਉਹ ਜਦੋਂ ਨੂੰ ਆਪਣੀ ਖੰਡ ਦਾ ਪਾਣੀ ਸੁੱਕਣਾ ਉਦੋਂ ਨੂੰ ਆਪਣਾ ਇਹ ਗਜਰੇਲਾ ਤਿਆਰ ਹੋ ਜਾਣਾ। ਥੋੜ੍ਹਾ ਜਿਹਾ ਆਪਣਾ ਇਸ ਤਰ੍ਹਾਂ ਹੱਥ ਦੇ ਨਾਲ ਇਸ ਤਰ੍ਹਾਂ ਚੈੱਕ ਕਰਕੇ ਦੇਖ ਲਾਂਗੇ, ਆਪਾਂ ਨੂੰ ਪਤਾ ਲੱਗ ਜਾਣਾ ਵੀ ਗਾਜਰਾਂ ਕਿੰਨੀਆਂ ਕੁ ਆਪਣੀਆਂ ਕੱਚੀਆਂ ਨੇ, ਅਤੇ ਕਿੰਨੀ ਕੁ ਆਪਣਾ ਕਸਰ ਰਹਿੰਦੀ ਆ ਹਾਲੇ ਪੱਕਣ ਦੇ ਵਿੱਚ। ਜੇ ਥੋੜ੍ਹੀ ਜਿਹੀ ਆਪਣੀ ਗਾਜਰ ਕਰੜੀ ਲੱਗਦੀ, ਆਪਾਂ ਜ਼ਿਆਦਾ ਵੀ ਨਹੀਂ ਪਕਾਉਣਾ ਹੁੰਦਾ, ਘੋਲ ਲੈਣਾ ਨਹੀਂ ਹੁੰਦਾ ਜਮੀ, ਜਿਵੇਂ ਆਪਾਂ ਕਹਿੰਦੇ ਵੀ ਜ਼ਿਆਦਾ ਪੱਕ ਗਿਆ ਤਾਂ ਬਿਲਕੁਲ ਘੋਟ ਲਿਆ ਇਸ ਤਰ੍ਹਾਂ ਨਹੀਂ। ਅਤੇ ਹੁਣ ਆਪਾਂ ਪਾ ਦਾਂਗੇ ਜੀ ਘਿਓ, ਵੱਡਾ ਚਮਚਾ ਘਿਓ, ਆਪਾਂ ਜ਼ਿਆਦਾ ਵੀ ਨਹੀਂ ਪਾਉਂਦੇ ਇਹਦੇ ਵਿੱਚ, ਪ੍ਰਸ਼ਾਦ ਵਾਂਗੂ ਨਹੀਂ ਪਾਉਂਦੇ ਗੇ। ਅਤੇ ਆਪਾਂ ਵੱਡਾ ਚਮਚਾ 1 ਤੋਂ ਥੋੜ੍ਹਾ ਜਿਹਾ ਜ਼ਿਆਦਾ ਪਾਤਾ, ਛੋਟਾ ਚਮਚਾ ਨਾਲ ਪਾਤਾ, 1 ਵੱਡਾ ਚਮਚਾ ਪਾ ਕੇ ਦੇਸੀ ਘਿਓ ਪਾਇਆ ਜੀ ਆਪਾਂ ਇਹ। ਅਤੇ ਜਦੋਂ ਆਪਾਂ ਦੇਸੀ ਘਿਓ ਪਾ ਦਿੰਦੇ ਤਾਂ ਇਹਦੀ ਬਹੁਤ ਹੀ ਸੋਹਣੀ ਸਮੈਲ ਹੋ ਜਾਂਦੀ ਹੈ, ਬਹੁਤ ਹੀ ਵਧੀਆ ਸਮੈਲ ਆਉਂਦੀ ਆ ਵਿੱਚੋਂ ਇਹਦੀ, ਦੇਸੀ ਘਿਓ ਦੇ ਨਾਲ ਹੋਰ ਹੀ ਟੇਸਟ ਹੋ ਜਾਂਦਾ ਫਿਰ ਇਹਦਾ, ਬਹੁਤ ਸੋਹਣੀ ਮਹਿਕ ਆਈ ਜਾਂਦੀ ਵਿੱਚੋਂ। ਅਤੇ ਹੁਣ ਆਪਾਂ ਨੂੰ ਫਿਰ ਦੁਬਾਰਾ ਢੱਕ ਦਿੰਦੇ, ਬਸ ਹੌਲੀ ਹੌਲੀ ਢੱਕ ਢੱਕ ਕੇ ਭਾਫ ਦੇ ਨਾਲ ਹੀ ਇਹਨੇ ਬਣੀ ਜਾਣਾ। ਇਸ ਤਰ੍ਹਾਂ ਨਾਲ ਦੀ ਨਾਲ ਹਲਾ ਹਲਾ ਕੇ ਜਿਹੜਾ ਆਪਣਾ ਖੰਡ ਦਾ ਪਾਣੀ ਛੱਡਿਆ ਹੋਇਆ ਖੰਡ ਨੇ, ਅਤੇ ਉਹ ਪਾਣੀ ਆਪਾਂ ਸੁਕਾ ਦਿਆਂਗੇ ਚੰਗੀ ਤਰ੍ਹਾਂ ਖੰਡ ਵਾਲਾ। ਖੰਡ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹਾਂ, ਜਿੰਨੀ ਵੀ ਤੁਹਾਨੂੰ ਚੰਗੀ ਲੱਗਦੀ ਹੈ ਖੰਡ। ਆਪਾਂ ਤਾਂ ਇਹ 2 ਕਿਲੋ ਗਾਜਰਾਂ ਸੀ ਮੇਰੇ ਖਿਆਲ 'ਚ, 2 ਕਿਲੋ ਹੀ ਸੀਗੀਆਂ, 2 ਕਿਲੋ ਗਾਜਰਾਂ ਦੇ ਵਿੱਚ ਆਪਾਂ 1 ਉਂਗਲੀ ਪਾਤੀ ਖੰਡ ਦੀ, ਅਤੇ ਬਿਲਕੁਲ ਸਹੀ ਮਿੱਠਾ ਸੀਗਾ ਇਹ। ਦੁਬਾਰਾ ਫਿਰ ਆਪਾਂ ਚੈੱਕ ਕਰ ਲੈਂਦੇ ਹਾਂ ਇੱਕ ਵਾਰੀ ਇਸ ਤਰ੍ਹਾਂ ਕਰਕੇ।
ਸੁੱਕਾ ਦੁੱਧ ਪਾਵਾਂਗੇ ਜੀ ਨਾਲ ਆਪਾਂ ਅੰਬੇ ਚ ਇਹਦੇ ਸੁੱਕਾ ਦੁੱਧ ਇੱਕ ਕੌਲੀ ਆਪਾਂ ਸੁੱਕੇ ਦੁੱਧ ਦੀ ਪਾਤੀ ਵੱਧ ਹੀ ਪਾ ਸਕਦੇ ਮੈਂ ਦੁਬਾਰਾ ਥੋੜ੍ਹਾ ਜਿਹਾ ਹੋਰ ਪਾਉਂਗੀ ਵਿੱਚ ਦੁੱਧ ਦੇ ਸੁੱਕੇ ਦੁੱਧ ਨਾਲ ਟੇਸਟ ਖੋਏ ਵਾਲਾ ਬਣ ਜਾਂਦਾ ਬਹੁਤ ਜ਼ਿਆਦਾ ਟੇਸਟ ਬਣਦਾ ਫਿਰ ਇਹਦਾ ਬਿਲਕੁਲ ਜਿਵੇਂ ਆਪਾਂ ਦੂਸਰਾ ਬਣਾਉਣੇ ਹੁੰਦੇ ਹਾਂ ਖੋਆ ਪਾ ਕੇ ਬਣਾਉਣੇ ਹੁੰਦੇ ਹਾਂ ਇੰਡੀਆ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਵੀ ਆਪਾਂ ਖਾਂਦੇ ਹਾਂ ਆਮ ਹੀ ਅਤੇ ਉਸ ਤਰ੍ਹਾਂ ਦਾ ਜਿਵੇਂ ਡਰਾਈ ਫਰੂਟ ਪਾ ਤਾ ਜਾਂ ਸੁੱਕਾ ਦੁੱਧ ਪੈ ਗਿਆ ਤਾਂ ਉਹੀ ਚੀਜ਼ ਬਣ ਜਾਣੀ ਹੈ ਬਿਲਕੁਲ ਉਹੀ ਸੇਮ ਟੇਸਟ ਅਤੇ ਬਹੁਤ ਹੀ ਸਵਾਦ ਬਾਕੀ ਆਪਣਾ ਆਪਦਾ ਘਰ ਦਾ ਬਣਾਇਆ ਹੋਇਆ ਘਰ ਦੀਆਂ ਚੀਜ਼ਾਂ ਪਾਈਆਂ ਆਪਾਂ ਵਧੀਆ ਵਧੀਆ ਚੀਜ਼ ਪੈਂਦੀ ਹੈ ਦੇਸੀ ਘਿਓ ਪੈ ਜਾਂਦਾ ਵਿੱਚ ਡਰਾਈ ਫਰੂਟ ਪੈ ਜਾਂਦੇ ਆ ਗਾਜਰ ਵੀ ਵਧੀਆ ਚੰਗੀ ਹੋਈ ਹੁੰਦੀ ਹੈ ਗਾਜਰ ਪੈ ਜਾਂਦੀ ਆ ਚੈੱਕ ਕਰ ਲੈਣਾ ਬਾਕੀ ਆਪਾਂ ਨੂੰ ਸੁੱਕਾ ਦੁੱਧ ਜਿਵੇਂ ਆਪਾਂ ਨੂੰ ਜਿੰਨਾ ਕੁ ਆਪਾਂ ਨੂੰ ਟੇਸਟੀ ਲੱਗਦਾ ਵੀ ਆਪਾਂ ਨੂੰ ਵਧੀਆ ਲੱਗਦਾ ਤਾਂ ਆਪਾਂ ਉਸ ਹਿਸਾਬ ਨਾਲ ਸੁੱਕਾ ਦੁੱਧ ਪਾ ਲਾਂਗੇ ਜੇ ਜ਼ਿਆਦਾ ਵਧੀਆ ਲੱਗਦਾ ਤਾਂ ਥੋੜ੍ਹਾ ਜਿਹਾ ਵੱਧ ਪਾ ਲਾਂਗੇ ਉਹਦਾ ਕੋਈ ਨੁਕਸਾਨ ਨਹੀਂ ਉਹਦੇ ਨਾਲ ਤਾਂ ਵੱਧ ਟੇਸਟੀ ਬਣਾ ਅਤੇ ਹੁਣ ਆਪਾਂ ਡਰਾਈ ਫਰੂਟ ਪਾਤਾ ਹੀ ਸਾਰਾ ਵਿੱਚ ਇਹਦੇ ਆਪਣੇ ਕੋਲ ਦਾਖਾਂ ਸੀਗੀਆਂ ਮਗਜ਼ ਸੀਗੇ ਅਤੇ ਬਦਾਮ ਸੀਗੇ ਕਰਕੇ ਨਾ ਥੋੜ੍ਹਾ ਜਿਹਾ ਆਪਾਂ ਕਵਰ ਕਰ ਦਿੰਦੇ ਹਾਂ ਕਿ ਨਾ ਚੰਗੀ ਤਰ੍ਹਾਂ ਚੀਜ਼ਾਂ ਮਿਕਸ ਹੋ ਜਾਣਗੀਆਂ ਸਾਰੀਆਂ ਵਿੱਚ ਨਾਲ ਦੀ ਨਾਲ ਆਪਾਂ ਹਿਲਾਈ ਜਾਂਦੇ ਹਾਂ ਥੋੜ੍ਹਾ ਥੋੜ੍ਹਾ ਇਹਨੂੰ ਜੇ ਆਪਾਂ ਇਹਨੂੰ ਬਾਅਦ ਦੇ ਵਿੱਚ ਚੰਗੀ ਤਰ੍ਹਾਂ ਇਸ ਤਰ੍ਹਾਂ ਭੁੰਨ ਲਾਂਗੇ ਨਾ ਖੰਡ ਪਾ ਕੇ ਅਤੇ ਸਾਰਾ ਸਮਾਨ ਪਾ ਕੇ ਫਿਰ ਘਿਓ ਛੱਡ ਕੇ ਅਲੱਗ ਅਲੱਗ ਖਿੰਡ ਜਾਂਦਾ ਅਲੱਗ ਅਲੱਗ ਹੋ ਜਾਂਦਾ ਅਤੇ ਫਿਰ ਵਧੀਆ ਲੱਗਦਾ ਹੈ ਅਤੇ ਨਹੀਂ ਥੋੜ੍ਹਾ ਜਿਹਾ ਵਿੱਚੋਂ ਫਿਰ ਇਹ ਜੇ ਨਹੀਂ ਚੰਗੀ ਤਰ੍ਹਾਂ ਆਪਾਂ ਭੁੰਨਾਂਗੇ ਦੁੱਧ 'ਚ ਡਰਾਈ ਫਰੂਟ ਜਾਂ ਕੁਛ ਪਾ ਕੇ ਤਾਂ ਫਿਰ ਇਹ ਜੁੜਿਆ ਜਿਹਾ ਰਹੂਗਾ ਅਲੱਗ ਅਲੱਗ ਜਿਹਾ ਨਹੀਂ ਹੋਣਾਗਾ ਅਤੇ ਘਿਓ ਜਿਹਾ ਛੱਡ ਜੂ ਠੰਡਾ ਜਿਹਾ ਲੱਗਣ ਲੱਗ ਜਾਣਾ ਹੁਣ ਜਦੋਂ ਆਪਾਂ ਚੰਗੀ ਤਰ੍ਹਾਂ ਇਹ ਭੁੰਨ ਲਿਆ
ਲਓ ਜੀ ਗਜਰੇਲਾ ਆਪਣਾ ਬਣ ਗਿਆ, ਤਿਆਰ ਹੋ ਗਿਆ ਅਤੇ ਹੁਣ ਆਪਾਂ ਇਹਨੂੰ ਕੱਢ ਲੈਂਦੇ ਹਾਂ, ਅੱਡ ਭਾਂਡੇ 'ਚ ਕੱਢ ਲੈਂਦੇ ਹਾਂ। ਹੁਣ ਬਹੁਤ ਹੀ ਸੋਹਣਾ ਬਣਿਆ ਗਜਰੇਲਾ ਆਪਣਾ, ਅਤੇ ਤੁਸੀਂ ਜ਼ਰੂਰ ਟਰਾਈ ਕਰਿਓ ਬਣਾ ਕੇ ਦੇਖਿਓ, ਸੁੱਕਾ ਦੁੱਧ ਪਾ ਕੇ ਅਤੇ ਬਹੁਤ ਹੀ ਟੇਸਟੀ ਦੇਸੀ ਘਿਓ ਪਾ ਲਿਓ ਵਿੱਚ ਅਤੇ ਬਹੁਤ ਟੇਸਟੀ ਬਣਦਾ। ਅਤੇ ਸਾਨੂੰ ਦੱਸਿਓ ਜੀ ਸਾਡੀ ਵੀਡੀਓ ਕਿਵੇਂ ਲੱਗੀ, ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਪਲੀਜ਼। ਅਤੇ ਲਓ ਜੀ ਆਪਣਾ ਗਜਰੇਲਾ ਤਿਆਰ ਆ, ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ। ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਸਤਿ ਸ਼੍ਰੀ ਅਕਾਲ ਜੀ।